ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਜੁਗਿੰਦਰ ਦਿਵਾਲ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤਾ ਹੈ ਅਸੀਂ ਬਾਰੇ ਦੇ ਡਾਕਟਰ ਜੁਗਿੰਦਰ ਦਿਵਾਲ ਦੀ ਲੰਬੀ ਬਿਮਾਰੀ ਮਗਰੋਂ ਅੱਜ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਮੌਤ ਹੋ ਗਈ ਜੁਗਿੰਦਰ ਦਿਵਾਲ ਆਪਣੀ ਪਤਨੀ ਅਤੇ ਤਿੰਨ ਧੀਆਂ ਨੂੰ ਵਿਛੋੜਾ ਦੇ ਗਏ ਨੇ ਆਪਣੇ ਸੋਗ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਡਾਕਟਰ ਜੁਗਿੰਦਰ ਦਿਵਾਲ ਨੂੰ ਦਿਮਾਗ ਅਤੇ ਦਿਲ ਦੇ ਗੁਣਾਂ ਵਾਲਾ ਇੱਕ ਜਨਤਾ ਦੇ ਲੀਡਰ ਕਰਾਰ ਦਿੱਤਾ ਜਿਨ੍ਹਾਂ ਸਮਾਜ ਦੇ ਸੱਖਣੇ ਵਰਗਾਂ ਦੀ ਭਲਾਈ ਲਈ ਉੱਗਾ ਰੋਲ ਨਿਭਾਇਆ ਉਹਨਾਂ ਕਿਹਾ ਕਿ ਡਾਕਟਰ ਜੁਗਿੰਦਰ ਦਿਵਾਲ